ਹਾਂ ਜੀ, ਅਸਲਾਮ ਅਲੈਕਮ ਬਾਈ ਦਨਾਨ, ਅਸੀਂ ਕਿੱਥੇ ਆ ਗਏ ਹਾਂ? ਅਸੀਂ ਜੀ ਗੱਡੀਆਂ ਦਾ ਕਬਰਿਸਤਾਨ, ਜਿਹਨੂੰ ਜੰਕ ਯਾਰਡ ਆਖਦੇ ਹਾਂ, ਜੰਕ ਯਾਰਡ। ਲਓ ਜੀ, ਅਸੀਂ ਇੱਥੇ ਗੱਡੀਆਂ ਦਾ ਕਰਵਾਉਂ ਬਿਜ਼ਨਸ ਸਟਾਰਟ। ਇੰਜੀ ਗੱਲ ਹੈ ਜੀ, ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਵਿੱਚ ਜਿੰਨੇ ਵੀ ਵੱਡੇ ਵੱਡੇ ਡੀਲਰ ਨੇ ਉਹ ਸਾਡੇ ਨਾਲ ਰਾਬਤਾ ਕਰਨ, ਗੱਡੀਆਂ ਦਾ ਸਪੇਅਰ ਪਾਰਟ ਜੋ ਕਿ ਬਾਹਰੋਂ ਜਾਂਦਾ ਹੈ। ਇੱਕ ਤਾਂ ਗੱਡੀਆਂ ਦਾ ਸਮਾਨ ਜਾਂਦਾ ਹੈ, ਉਹ ਕੀ ਆਖਦੇ ਨੇ ਸਪੈਨਿਸ਼ ਵਿੱਚ, ਕਤੀਰਾ, ਜਿਹੜਾ ਮਤਲਬ ਕਿ ਟੁੱਟ ਟੱਟ ਕੇ ਜਾਂਦਾ ਹੈ। ਸਕਰੈਪ ਨਹੀਂ, ਅਸੀਂ ਕਿਹੜਾ ਬਿਜ਼ਨਸ ਕਰਨਾ ਚਾਹੁੰਦੇ ਹਾਂ? ਅਸੀਂ ਸਪੇਅਰ ਪਾਰਟ ਜਿਹੜਾ ਨਾ ਉਹ ਸਪੇਅਰ ਪਾਰਟ ਭੇਜਣਾ ਚਾਹੁੰਦੇ ਹਾਂ। ਦਿੰਦੇ ਆ ਜਾਂਦੇ ਨੇ ਕੰਪਰੈਸਰ, ਰੇਡੀਏਟਰ ਆ ਜਾਂਦੇ ਨੇ, ਉਹਦੇ ਤੋਂ ਇਲਾਵਾ ਇਹਨਾਂ ਦਾ ਆ ਜਾਂਦਾ ਹੈ ਕਿ ਉਹਦਾ ਨਾਲ ਅਲਟਰਨੇਟਰ ਆ ਜਾਂਦਾ ਹੈ। ਰਾਬਤਾ ਕਰਾ ਕੇ ਇੱਥੋਂ ਸਮਾਨ ਵੇਚ ਸਕਾਂਗੇ ਉਹਨਾਂ ਬੰਦਿਆਂ ਦੀ, ਪਾਕਿਸਤਾਨੀ ਜਿੰਨੇ ਵੀ ਡੀਲਰ ਨੇ, ਅਸੀਂ ਉਹਨਾਂ ਦੀ ਹੈਲਪ ਕਰਾਂਗੇ ਉਹਨਾਂ ਕੰਮਾਂ ਵਿੱਚ। ਇੱਥੇ ਮਾਰ ਕਿਆ ਚੱਲ ਰਿਹਾ, BMW ਔਰ ਵੀ ਕਾਫੀ ਆ ਵੇਂਦੇ ਨਾ, ਉਹ ਟੰਗੀਆਂ ਹਨ ਗੱਡੀਆਂ। ਮਾਰ ਕੇ ਮੈਂ ਵਿਖਾਨਾ ਪਿਆ ਤੁਹਾਨੂੰ, ਜਾਣਵਾ ਉਹ ਆ BMW ਟੰਗੀ ਖਲੋਤੀ ਹੈ। ਜਿਹੜੇ ਵੀ ਭਰਾਓ ਨੇ ਸਾਡੀ ਇਸ ਕੰਮ ਵਿੱਚ ਹੈਲਪ ਦੀ ਜ਼ਰੂਰਤ ਹੋਵੇ, ਤੁਸੀਂ ਰਾਬਤਾ ਕਰ ਲੈਣਾ। ਨੰਬਰ ਸਾਡਾ 0092-3416041420, ਮਤਲਬ ਕਿ ਮੇਰਾ ਵਟਸਐਪ ਨੰਬਰ ਹੈ। ਤੁਸੀਂ 0092 ਕੋਡ ਲਾ ਕੇ ਅਤੇ ਫਿਰ 3416041420, ਠੀਕ ਹੈ, ਸਾਡਾ ਨੰਬਰ ਹੈ। ਅਗਰ ਕਿਸੇ ਬੰਦੇ ਨੇ ਮਤਲਬ ਕਿ ਆ ਸਪੇਅਰ ਪਾਰਟ ਪੈਂਦੇ ਹੋ, ਗੱਡੀਆਂ ਦੇ ਪਾਰਟਸ ਜਿਹੜੇ ਨੇ ਉਹ ਸ਼ਾਕ ਸ਼ਰੜੇ ਚੱਲ ਜਾਂਦੇ ਨੇ ਜਿਆ, ਉਹ ਰਾਜ ਆਧਾਨ ਵਿਖਾਨੇ ਆ। ਇਹਦੇ ਵਿੱਚ ਕਿਹੜੇ ਕਿਹੜੇ ਮਤਲਬ ਕਿ ਮਾਰਕੇ ਨੇ, ਅਸਲ ਇੰਜ ਵੀ ਹੁੰਦਾ ਨਾ, ਕੁਝ ਇੰਜ ਦੇ ਮਾਰਕੇ ਨੇ ਜਿਹੜੇ ਪਾਕਿਸਤਾਨ ਨਹੀਂ, ਬਹਰਹਾਲ ਉਹਨਾਂ ਗੱਡੀਆਂ ਦਾ ਸਪੇਅਰ ਪਾਰਟ ਜਿਹੜਾ ਉਹ ਕਾਫੀ ਚੱਲ ਸਕਦਾ ਹੈ। ਹੋਰ ਕੋਈ ਸਪੇਅਰ ਪਾਰਟ ਚੱਲੇ ਨਾ ਚੱਲੇ, AC ਵਾਲੇ ਸਾਰੇ ਪਾਰਟਸ ਔਰ ਇੰਜਣ ਚੱਲ ਸਕਦੇ ਨੇ, ਠੀਕ ਹੈ। ਹਾਂ, ਇੰਜਣ ਪਏ ਨੇ ਗੱਡੀਆਂ ਦੇ, ਅਤੇ ਹੋਰ ਇੱਕ ਆਹ ਚੀਜ਼ ਚੱਲ ਸਕਦੀ ਹੈ, ਮਤਲਬ ਆ ਵੇਖ ਲਵੋ ਜਿੰਨੇ ਵੀ ਸਨ ਵੇਹਦੇ ਨੇ ਉਹਨਾਂ ਪੈ, ਵੱਡੇ ਵੀ ਪਾਕਿਸਤਾਨ 'ਚੋਂ ਜੁਗਾੜੀ ਬੰਦੇ ਜਿਹੜੇ ਕੰਮ ਕਰਦੇ ਨੇ ਗੱਡੀਆਂ ਦਾ ਸਪੇਅਰ ਪਾਰਟ ਦਾ, ਸਮਝਦੇ ਨੇ ਬਾਏ ਸਮਾਨ। ਆਹ ਹੁਣ ਵੇਖੋ ਨਾ, ਆਹ ਹੁਣ ਜਿਤਨਾ ਵੀ ਪਏ ਨੇ ਜਨਰੇਟਰ ਅਤੇ ਕੰਪਰੈਸਰ, ਇਹ ਬਿਲਕੁਲ ਠੀਕ ਨੇ, ਅਤੇ ਇਹ ਫਿਲਹਾਲ ਕਿੱਥੇ ਜਾ ਰਹੇ ਨੇ? ਇਹ ਅਫਰੀਕਾ ਜਾ ਰਹੇ ਨੇ, ਅਤੇ ਅਸੀਂ ਦੋਵੇਂ ਭਰਾ ਕੀ ਚਾਹੁੰਦੇ ਹਾਂ ਕਿ ਇਹ ਸਮਾਨ ਪਾਕਿਸਤਾਨ ਮੇ ਜਾਏ, ਕਿਉਂਕਿ ਇੱਥੋਂ ਉਹਨਾਂ ਨੂੰ ਮਿਲੇ ਦਾ ਸਸਤਾ, ਅਤੇ ਔਰ ਉੱਥੇ ਇਹਨਾਂ ਚੀਜ਼ਾਂ ਦੀ ਕਾਫੀ ਕੀਮਤ ਹੈ, ਅਤੇ ਔਰ ਇਹ ਬਿਲਕੁਲ ਠੀਕ ਨੇ। ਆਹ AC ਕੰਪਰੈਸਰ, ਅਤੇ ਆਹ ਜਨਰੇਟਰ ਔਰ ਗੱਡੀਆਂ ਦੇ ਸਲਫ, ਮੁਖਤਲਿਫ ਗੱਡੀਆਂ ਦੇ ਨੇ, ਛੋਟੀਆਂ ਵੱਡੀਆਂ ਗੱਡੀਆਂ ਦੇ ਇਹ ਸਲਫ ਜਨਰੇਟਰ ਇਹਨਾਂ ਦੇ ਸੱਚੇ, ਔਰ ਇਹ ਚੀਜ਼ ਗੱਡੀਆਂ ਵਿੱਚ ਇੱਕ ਹੀ ਹੁੰਦੀ ਹੈ ਭਾਵੇਂ ਜਿਹੜਾ ਵੀ ਮਾਰਕਾ ਹੋਵੇ, ਕਿਉਂਕਿ ਜਿਹੜਾ ਆਹ 56 ਨਹੀਂ ਵਿੱਚ ਹੁੰਦਾ ਗੱਡੀਆਂ ਦੇ, ਆਹ ਇਹ ਤਕਰੀਬਨ ਸੇਮ ਹੀ ਹੁੰਦਾ, ਅਤੇ ਔਰ ਖਾਸ ਕਰਕੇ ਜਿਹੜਾ AC ਕੰਪਰੈਸਰ ਹੈ, ਅਤੇ ਔਰ ਆਹ ਰੈਡੀਲੇਟਰ ਪਏ ਨੇ, ਅਤੇ ਔਰ ਇੰਜਣ ਇਹ। ਬਾਕੀ ਸੇ ਵੀ ਪਾਕਿਸਤਾਨੀ ਭਰਾਓ ਨੂੰ ਸਾਡੀ ਕੋਈ ਹੈਲਪ ਚਾਹੀਦੀ ਹੋਈ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰਨਾ, ਠੀਕ ਹੈ, ਅਸੀਂ ਭਰਪੂਰ ਤਾਵਨ ਕਰਾਂ, ਅਤੇ
ਇਸ ਹੋਰ ਵੀ ਮੁਖਤਲਿਫ ਇਸ ਸਪੇਨ ਦੇ ਵਿੱਚ ਇਹੋ ਜਿਹੀਆਂ ਕੰਪਨੀਆਂ ਇਹੋ ਜਿਹੀਆਂ ਫੈਕਟਰੀਆਂ ਨੇ ਜਿੱਥੋਂ ਇਹਦਾ ਸਮਾਨ ਮਿਲਦਾ ਔਰ ਉਹ ਸਮਾਨ ਬਿਲਕੁਲ ਠੀਕ ਹੁੰਦਾ 100%। ਅਤੇ ਔਰ ਕਾਫੀ ਬੰਦੇ ਪਾਕਿਸਤਾਨ ਭੇਜਦੇ ਵੀ ਨੇ, ਔਰ ਕਿਉਂਕਿ ਇਹ ਵੀਡੀਓ ਇਸ ਤੋਂ ਬਣਾਉਣਾ ਪਿਆ ਬਥੇਰੇ ਬੰਦੇ ਨੇ ਜਿਨ੍ਹਾਂ ਨੇ ਹੈਲਪ, ਮਤਲਬ ਉਹਨਾਂ ਕੋਲ ਬੰਦਾ ਕੋਈ ਯੂਰਪ ਵਿੱਚ ਜਿਹੜਾ ਉਹਨਾਂ ਦੀ ਕੋਈ ਹੈਲਪ ਕਰ ਸਕੇ, ਅਸੀਂ ਫੀਸ ਵੀ ਲੀਲਾ ਫਰੀ ਹੈਲਪ ਕਰਾਂਗੇ ਉਹਨਾਂ ਬੰਦਿਆਂ ਦੀ। ਅਤੇ ਔਰ ਜਿੱਥੋਂ ਤੱਕ ਹੋਇਆ ਅਸੀਂ ਉਹਨਾਂ ਨੇ ਇਹਦੇ ਬਾਰੇ ਗਾਈਡ ਕਰਾਂਗੇ ਜਿਹੜੇ ਵੀ ਭਰਾ ਇਹ ਬਿਜ਼ਨਸ ਕਰਨਾ ਚਾਹੁੰਦੇ ਨੇ। ਉਹ ਰਾਬਤਾ ਨੰਬਰ ਮੈਂ ਤੁਹਾਨੂੰ ਦੇ ਛੱਡਿਆ, ਤੁਸੀਂ ਮੇਰੇ ਨਾਲ ਰਾਬਤਾ ਕਰ ਲਓ, ਠੀਕ ਹੈ। ਅਤੇ ਹੋਰ ਇਹ ਨਹੀਂ ਕਿ ਮਤਲਬ ਇੱਕ ਜਗ੍ਹਾ 'ਤੇ, ਹਰ ਸ਼ਹਿਰ ਦੇ ਵਿੱਚ ਇੱਥੇ ਗੱਡੀਆਂ ਦਾ ਸਪੇਅਰ ਪਾਰਟ ਵਗੈਰਾ ਇਹ ਚੀਜ਼ਾਂ ਮਿਲਦੀਆਂ ਨੇ। ਅਤੇ ਠੀਕ ਹੈ, ਮੈਂ ਉਹਦੇ ਕਿਸੇ ਭਰਾ ਨੇ ਹੈਲਪ ਚਾਹੀਦੀ ਹੋਈ ਤੁਸੀਂ ਰਾਬਤਾ ਕਰਨਾ, ਅਸੀਂ ਤਾਬਿਆਦਾਰ। ਠੀਕ ਹੈ, ਲਵ ਯੂ ਸੋ ਮੱਚ।